ਸਾਸ਼ਕਾਲ ਨਮਸਕਾਰ ਅਦਾਬ ਦਰਸ਼ਕੋ ਮੈਂ ਗਾਇਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਸੀ ਚੈਨਲ ਤੇ ਤੇ ਫਾਈਨਲੀ ਗਿੱਪੀ ਗਰੇਵਾਲ ਬਿੰਨੂ ਚਲੋ ਤੇ ਕਰਮਜੀਤ ਮੋਲ ਦੇ ਫਿਲਮ ਮੋਜਾ ਹੀ ਮੋਜਾ ਸਿਨੇਮਾ ਕਰਨ ਦੇ ਵਿੱਚ ਆ ਗਈ ਹੈ ਤੇ ਥੀਏਟਰਸ ਦੇ ਵਿੱਚ ਬਹੁਤ ਸਾਰੀਆਂ ਮੋਜਾ ਹੀ ਮੋਜਾ ਲੱਗੀਆਂ ਹੋਈਆਂ ਨੇ ਫੈਨਸ ਹੁਮ ਹੁਮ ਆ ਕੇ ਸਿਨੇਮਾ ਕਰਨ ਦੇ ਵਿੱਚ ਪਹੁੰਚ ਰਹੇ ਨੇ ਫਿਲਮ ਦੇਖਣ ਦੇ ਲਈ ਔਰ ਫਿਲਮ ਦਾ ਬਹੁਤ ਜ਼ਿਆਦਾ ਐਂਟਰਟੇਨਿੰਗ ਹੈ ਜਿੱਥੇ ਫਿਲਮ ਦੇ ਵਿੱਚ ਬਹੁਤ ਸਾਰੀ ਕਾਮੇਡੀ ਹੈ ਉੱਥੇ ਫਿਲਮ ਦੇ ਵਿੱਚ ਡਰਾਮਾ ਵੀ ਬਹੁਤ ਜ਼ਿਆਦਾ ਹੈ ਔਰ एंड ਦੇ ਵਿੱਚ ਜਿਹੜਾ ਕਲਾਈਮੈਕਸ ਹੈ ਨਾ ਉਹ ਸੱਚੀ ਤੁਹਾਡੀਆਂ ਅੱਖਾਂ ਨਮ ਕਰ ਦੇਗਾ ਵੈਲ ਵੀ ਵਿਲ ਨਾਟ ਰਿਵੀਲ ਕਿ ਕਲਾਈਮੈਕਸ ਦੇ ਵਿੱਚ ਐਸਾ ਕੀ ਹੈ ਲੇਕਿਨ ਟ੍ਰੇਲਰ ਨੇ ਤੁਹਾਨੂੰ ਥੋੜ੍ਹਾ ਜਿਹਾ ਤਾਂ ਦੱਸ ਦਿੱਤਾ ਸੀਗਾ ਟ੍ਰੇਲਰ ਦੇ ਵਿੱਚ ਆਪਾਂ ਦੇਖਿਆ ਕਿ ਤਿੰਨ ਕਲਾਕਾਰ ਨੇ ਗਿੱਪੀ ਗਰੇਵਾਲ ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਉਹ ਐਸੇ ਇੱਕ ਕਰੈਕਟਰ ਪਲੇ ਕਰ ਰਹੇ ਨੇ ਜਿਹਦੇ ਵਿੱਚ ਉਹ ਇੱਕ ਸੁਣ ਨਹੀਂ ਸਕਦਾ ਦੂਜਾ ਬੋਲ ਨਹੀਂ ਸਕਦਾ ਅਤੇ ਤੀਜੇ ਨੂੰ ਦਿਖਦਾ ਨਹੀਂ ਹੈ ਔਰ ਤਿੰਨਾਂ ਦੀ ਇੱਕ ਲਾਡਲੀ ਭੈਣ ਹੈਗੀ ਹੈ ਜਿਹਨਾਂ ਦਾ ਕਿਰਦਾਰ ਨਿਭਾ ਰਹੇ ਨੇ ਹਰਸ਼ਨੀਨ ਚੌਹਾਨ ਹਰਸ਼ਨੀਨ ਨੂੰ ਹੋ ਜਾਂਦਾ ਹੈ ਇੱਕ ਮੁੰਡੇ ਨਾਲ ਪਿਆਰ ਔਰ ਪ੍ਰੋਬਲਮ ਇੱਥੇ ਆ ਜਾਂਦੀ ਹੈ ਕਿ ਮੁੰਡੇ ਦੇ ਫਾਦਰ ਨੂੰ ਉਹ ਸ਼ਖਸ ਬਿਲਕੁਲ ਨਹੀਂ ਪਸੰਦ ਜਿਹੜੇ ਕਿ ਕਿਸੇ ਨਾ ਛੋਟੀ ਵੀ ਛੋਟੀ ਜਿਹੀ ਡਿਸੇਬਿਲਟੀ ਤੋਂ ਗ੍ਰਸਤ ਨੇ ਵੈਲ ਇੱਥੇ ਸ਼ੁਰੂ ਹੁੰਦੀ ਹੈ ਕਹਾਣੀ ਦਾ ਮੇਨ ਪੁਆਇੰਟ ਵੈਲ ਐਂਡ ਦੇ ਵਿੱਚ ਬਹੁਤ ਸੋਹਣਾ ਸੁਨੇਹਾ ਜਿਹੜਾ ਹੈ ਪੂਰੀ ਸਟਾਰਕਾਸ ਦੇਣ ਜਾ ਰਹੀ ਹੈ ਔਰ ਇਹਦੇ ਲਈ ਮੈਂ ਐਪਰੀਸ਼ੀਏਟ ਕਰਾਂਗੀ ਵੈਬ ਆਫ ਸੁਮਨ ਨੂੰ ਜਿਨ੍ਹਾਂ ਨੇ ਇੱਕ ਬਹੁਤ ਸੋਹਣੀ ਸਕ੍ਰਿਪਟ ਪੰਜਾਬੀ ਸਿਨੇਮਾ ਨੂੰ ਦਿੱਤੀ ਵੈਲ ਕੋਈ ਵੀ ਸਕ੍ਰਿਪਟ ਨੂੰ ਜ਼ਿਆਦਾ ਸੁਪਰ ਬਣਾ ਦਿੰਦੇ ਹੈਗੇ ਨੇ ਘੈਂਟ ਡਾਇਲੋਗ ਅਤੇ ਇਸ ਦੇ ਵਿੱਚ ਨਰੇਸ਼ ਕਥੂਰੀਆ ਨੇ ਆਪਣਾ ਬਹੁਤ ਹੀ ਘੈਂਟ ਕੰਮ ਕੀਤਾ ਹੈ ਇਸ ਫਿਲਮ ਦੇ ਡਾਇਲੋਗਸ ਬਹੁਤ ਜ਼ਿਆਦਾ ਸੁਪਰਬ ਨੇ ਔਰ ਬਹੁਤ ਜ਼ਿਆਦਾ ਐਂਟਰਟੇਨਿੰਗ ਨੇ ਔਰ ਜਦ ਵੀ ਜ਼ਿਕਰ ਆ ਜਾਏ ਗਿੱਪੀ ਗਰੇਵਾਲ ਬਿੰਨੂ ਢਿੱਲੋਂ ਕਰਮਜੀਤ ਅਨਮੋਲ ਦੇ ਨਾਲ ਨਰੇਸ਼ ਕਥੂਰੀਆ ਦਾ ਫਿਰ ਇਹ ਕਿੱਦਾਂ ਹੋ ਸਕਦਾ ਹੈ ਸਮੀਪ ਕੰਘ ਪਿੱਛੇ ਰਹਿ ਜਾ ਯਾਨੀ ਕਿ ਇਹ ਪੰਜਾਂ ਦੀ ਜਿਹੜੀ ਕੈਮਿਸਟਰੀ ਹੈ ਉਹਨੇ ਬਹੁਤ ਸੁਪਰ ਫਿਲਮਾਂ ਕੈਰੀਓਨ ਜੱਟਾ ਸੀਰੀਜ਼ ਜਿਹੜੀ ਹੈ ਪੰਜਾਬੀ ਸਿਨੇਮਾ ਨੂੰ ਦਿੱਤੀ ਔਰ ਕੈਰੀਓਨ ਜੱਟਾ 3 ਨੇ ਤੇ ਰਿਕਾਰਡ ਬ੍ਰੇਕ ਕੀਤੇ ਹਿਸਟਰੀ ਕ੍ਰੀਏਟ ਕੀਤੀ 100 ਕਰੋੜ ਦੇ ਬਾਕਸ ਆਫਿਸ ਕਲੈਕਸ਼ਨ ਕਰਕੇ ਵੈਲ ਹੁਣ ਤੁਹਾਨੂੰ ਦੱਸ ਦਈਏ ਕਿ ਆਪਾਂ ਇਸ ਫਿਲਮ ਨੂੰ ਦੇਖਣ ਦੇ ਲਈ ਬਹੁਤ ਸਾਰੇ ਰੀਜ਼ਨਸ ਨੇ ਜਿੱਥੇ ਇਸ ਫਿਲਮ ਦੇ ਵਿੱਚ ਇੱਕ ਘੈਂਟ ਸਟਾਰਕਾਸਟ ਹੈਗੀ ਹੈ ਜਿਹੜੀ ਕਿ ਆਪਣੀ ਉਮਦਾ ਅਦਾਕਾਰੀ ਦੇ ਨਾਲ ਪਹਿਲਾਂ ਵੀ ਹਿਸਟਰੀ ਕ੍ਰੀਏਟ ਕਰ ਚੁੱਕੀ ਹੈ ਉੱਥੇ ਹੀ ਇਸ ਫਿਲਮ ਦੇ ਵਿੱਚ ਲਹਿੰਦੇ ਪੰਜਾਬ ਦੇ ਆਰਟਿਸਟ ਨਾਸਿਰ ਚਿੰਯੋਟੀ ਦੀ ਕਾਮੇਡੀ ਟਾਈਮਿੰਗ ਤੁਸੀਂ ਬਹੁਤ ਜ਼ਿਆਦਾ ਇੰਜੋਏ ਕਰੋਗੇ ਵੈਲ ਸਕਰੀਨ ਪਲੇ ਦੀ ਗੱਲ ਕੀਤੀ ਹੈ ਅਤੇ ਇਸ ਫਿਲਮ ਦੀ ਸਕਰੀਨ ਪਲੇ ਬਹੁਤ ਹੀ ਜ਼ਿਆਦਾ ਖੂਬਸੂਰਤ ਹੈਗਾ ਔਰ ਨਰੇਸ਼ ਕਥੂਰੀਆ ਨੇ ਬਹੁਤ ਸੈਡ ਕੈਂਟ ਡਾਇਲੋਗਸ ਵੀ ਲਿਖੇ ਨੇ ਇਸ ਦੇ ਜਿਹੜੇ ਬੈਕਗਰਾਊਂਡ ਮਿਊਜ਼ਿਕ ਦੀ ਗੱਲ ਕਰੀਏ ਜਤਿੰਦਰ ਸ਼ਾਹ ਨੇ ਇਸ ਫਿਲਮ ਦਾ ਬੈਕਗਰਾਊਂਡ ਮਿਊਜ਼ਿਕ ਵੀ ਕੀਤਾ ਅਤੇ ਇਹਦੇ ਗੀਤਾਂ ਨੂੰ ਵੀ ਮਿਊਜ਼ਿਕ ਦਿੱਤਾ ਹੈਗਾ ਅਤੇ ਸਾਰੇ ਹੀ ਗੀਤ ਬਹੁਤ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਇਸ ਫਿਲਮ ਦੇ ਵਿੱਚ ਟਾਈਟਲ ਟਰੈਕ ਮੌਜਾਂ ਹੀ ਮੌਜਾਂ ਮਾਸਟਰ ਸਲੀਮ ਨੇ ਗਾ ਕੇ ਇਸ ਫਿਲਮ ਨੂੰ ਹੋਰ ਜ਼ਿਆਦਾ ਘੈਂਟ ਬਣਾ ਦਿੱਤਾ ਹੈ ਮੌਜਾਂ ਹੀ ਮੌਜਾਂ ਟਾਈਟਲ ਟਰੈਕ ਨੇ ਚੈਰੀ ਔਨ ਦ ਕੇਕ ਵਰਗਾ ਕਿ ਉਹ ਚੈਰੀ ਹੈ ਜਿਹੜੀ ਕਿ ਇਸ ਫਿਲਮ ਨੂੰ ਬਹੁਤ ਜ਼ਿਆਦਾ ਬੂਮ ਦੇ ਰਹੀ ਹੈ ਔਰ ਉੱਤੋਂ ਗਿੱਪੀ ਗਰੇਵਾਲ ਨੇ ਜਿਸ ਤਰੀਕੇ ਨਾਲ ਇਸ ਫਿਲਮ ਨੂੰ ਪ੍ਰਮੋਟ ਕੀਤਾ ਹੈ ਓਵਰਸੀਜ਼ ਦੇ ਵਿੱਚ ਤਾਂ ਕੀਤਾ ਹੀ ਕੀਤਾ ਇੰਡੀਆ ਦੇ ਵਿੱਚ ਪ੍ਰਮੋਸ਼ਨ ਬਹੁਤ ਘੈਂਟ ਲੈਵਲ ਦੀ ਜਾ ਰਹੀ ਹੈ ਉੱਥੇ ਹੀ ਤੁਸੀਂ ਸਭ ਨੇ ਇਹ ਵੀ ਦੇਖਿਆ ਸੰਜੇ ਦੱਤ ਨੇ ਵੀ ਫਿਲਮ ਨੂੰ ਕਾਫੀ ਜ਼ਿਆਦਾ ਸਪੋਰਟ ਕੀਤੀ ਅਤੇ ਉਹਨਾਂ ਨੂੰ ਫਿਲਮ ਬੇਹੱਦ ਹੀ ਜ਼ਿਆਦਾ ਸੁਪਰਬ ਲੱਗੀ ਹੈਗੀ ਹੈ ਔਰ ਬੰਬੇ ਸਕਰੀਨਿੰਗ ਦੇ ਉੱਪਰ ਤੇ ਬਹੁਤ ਜ਼ਿਆਦਾ ਇਸ ਫਿਲਮ ਦੀ ਐਪਰੀਸੀਏਸ਼ਨ ਹੋਈ ਹੈ ਅਤੇ ਆਪਾਂ ਕਹਿ ਸਕਦੇ ਹਾਂ ਕਿ ਡੈਫੀਨੇਟਲੀ ਇਹ ਫਿਲਮ ਵੀ ਕੈਰੀਓਨ ਜੱਟਾ 3 ਦਾ ਵੀ ਰਿਕਾਰਡ ਤੋੜ ਸਕਦੀ ਹੈ ਕਿਉਂਕਿ ਉਹੀ ਟੀਮ ਹੈ ਜਿਹੜਾ ਕਿ ਇੰਨਾ ਐਫਰਟ ਪੁੱਟ ਕਰਦੀ ਹੈ ਸਾਰਿਆਂ ਦੇ ਚਿਹਰਿਆਂ ਦੇ ਉੱਪਰ ਸਮਾਈਲ ਲਿਆਉਂਦੇ ਚੰਗਾ ਸੁਨੇਹਾ ਦੇਣ ਦੀ ਗਿੱਪੀ ਹਮੇਸ਼ਾ ਕਹਿੰਦੇ ਨੇ ਕਿ ਫਿਲਮ ਹਮੇਸ਼ਾ ਚੰਗੀ ਹੋਣੀ ਚਾਹੀਦੀ ਹੈ ਉਹ ਭਾਵੇਂ ਕਾਮੇਡੀ ਹੋਵੇ ਭਾਵੇਂ ਡਰਾਮਾ ਹੋਵੇ ਭਾਵੇਂ ਐਕਸ਼ਨ ਹੋਵੇ ਐਂਡ ਗਿੱਪੀ ਹਮੇਸ਼ਾ ਇਸ ਦੇ ਉੱਪਰ ਜਸਟਿਸ ਵੀ ਕਰਦੇ ਨੇ ਬਹੁਤ ਸੋਹਣਾ ਕੋਨਸੈਪਟ ਜਿਹੜਾ ਹੈਗਾ ਮੌਜਾ ਹੀ ਮੌਜਾ ਦਾ ਹੈਗਾ ਸਿਨੇਮਾ ਘਰਾਂ ਦੇ ਵਿੱਚ ਜਾਓ ਅਤੇ ਦੇਖ ਕੇ ਆਓ ਫਿਲਮ ਮੌਜਾ ਹੀ ਮੌਜਾ ਔਰ ਪਲੀਜ਼ ਜਾਣ ਤੋਂ ਪਹਿਲਾਂ ਨਾ ਬੁਕਿੰਗ ਜ਼ਰੂਰ ਚੈੱਕ ਕਰ ਲਿਓ ਇਹ ਨਾ ਹੋਵੇ ਕਿ ਸਿਨੇਮਾ ਘਰਾਂ ਦੇ ਵਿੱਚ ਜਦੋਂ ਤੁਸੀਂ ਜਾਓ ਤਾਂ ਤੁਹਾਨੂੰ ਅਗਲੇ ਸ਼ੋਅ ਦਾ ਵੇਟ ਕਰਨਾ ਪਵੇ ਕਿਉਂਕਿ ਸਾਰੇ ਸ਼ੋਅ ਸਾਰੇ ਥੀਏਟਰਸ ਦੇ ਵਿੱਚ ਹਾਊਸਫੁੱਲ ਜਾ ਰਹੇ ਨੇ ਮੈਂ ਫਟਾਫਟ ਦੇਖ ਕੇ ਆਓ ਫਿਲਮ ਸਾਨੂੰ ਜ਼ਰੂਰ ਦੱਸਿਓ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਹੈ ਜਦ ਮੁੜ ਕੇ ਹਾਜ਼ਰ ਹੋਣੇ ਇੱਕ ਨਵੇਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਹਾਡਾ ਅਤੇ ਸਾਡਾ ਰੱਬ ਰੱਖਾ।